ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਭਾਈ ਕਰਮਜੀਤ ਸਿੰਘ ਸੋਨਾਮ ਦਾ ਇਤਿਹਾਸ ਸਾਂਝਾ ਕਰਾਂਗੀ ਭਾਈ ਕਰਮਜੀਤ ਸਿੰਘ ਸੋਨਾਮ ਜਿਨ੍ਹਾਂ ਨੇ 2 ਅਕਤੂਬਰ 1986 ਨੂੰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਉਸ ਵੇਲੇ ਹਮਲਾ ਕੀਤਾ ਜਦੋਂ ਰਾਜਕਾਰਡ ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਪੇਟ ਕਰਕੇ ਮੋੜਿਆ ਸੀ ਜੇਕਰ ਉਹਨਾਂ ਦੇ ਕੋਲ ਉਸ ਸਮੇਂ ਕੋਈ ਮਾਰੂ ਹਥਿਆਰ ਹੁੰਦਾ ਤਾਂ ਸ਼ਾਇਦ ਰਾਜੀਵ ਗਾਂਧੀ ਦੀ ਸਮਾਦ ਮਹਾਤਮਾ ਗਾਂਧੀ ਦੇ ਨੇੜੇ ਹੀ ਬਣ ਜਾਂਦੀ ਪਰ ਉਸਤੇ ਕਿਸੇ ਨੂੰ ਇਤਵਾਰ ਹੀ ਨਹੀਂ ਸੀ ਕਿ ਇਹ ਮੁੰਡਾ ਇਸ ਤਰ੍ਹਾਂ ਦਾ ਵੱਡਾ ਕੰਮ ਕਰ ਸਕਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਘਾਰ ਸੇਵਾ ਚੱਲ ਰਹੀ ਸੀ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਤੇ ਬਾਰਕਰ ਗੁਰਨਾਰਿੰਗ ਨਿਵਾਸ ਦੇ ਵਿੱਚ ਡੇਰਾ ਲਾਈ ਬੈਠੇ ਸਨ। ਭਾਈ ਕਰਮਜੀਤ ਸਿੰਘ ਉਹਨਾਂ ਦੇ ਕੋਲ ਆਇਆ ਤੇ ਕਹਿਣ ਲੱਗਾ ਕਿ ਜੇ ਤੁਸੀਂ ਮੈਨੂੰ ਕੋਈ ਚੰਗਾ ਹਥਿਆਰ ਦੇ ਦਿਓ ਤਾਂ ਮੈਂ ਰਾਜੂ ਨੂੰ ਮਾਰ ਦੇਵਾਂਗਾ। ਪਰ ਫੈਡਰੇਸ਼ਨ ਦੇ ਆਗੂਆਂ ਨੇ ਉਸ ਦੇ ਬਾਰ ਬਾਰ ਮਿੰਨਤਾ ਤਾਲੇ ਕਰਨ ਦੇ ਬਾਵਜੂਦ ਪ੍ਰੋਸਾ ਕਰਨ ਦੀ ਥਾ ਉਸ ਨੂੰ ਪਾਗਲ ਹੀ ਸਮਝਿਆ ਉਹ ਕਈ ਦਿਨ ਚੱਕਰ ਲਾਉਂਦਾ ਰਿਹਾ ਪਰ ਕੋਈ ਉਸ ਦੀ ਗੱਲ ਮੰਨਣ ਦੇ ਲਈ ਤਿਆਰ ਹੀ ਨਹੀਂ ਸੀ ਅਖੀਰ ਉਹ ਨਰਾਸ਼ ਹੋ ਕੇ ਪਰਤ ਗਿਆ ਪਰ 2 ਅਕਤੂਬਰ 1986 ਵਾਲੇ ਦਿਨ ਜਦੋਂ ਇਹ ਖਬਰ ਆਈ ਤਾਂ ਫੈਡਰੇਸ਼ਨ ਦੇ ਸਾਰੂ ਸਾਰੇ ਆਗੂ ਮੱਥੇ ਤੇ ਹੱਥ ਮਾਰਦੇ ਫਿਰਨ ਹੋ ਬਹੁਤ ਪਛਤਾ ਰਹੇ ਸਾਨੇ ਕਿ ਜੇ ਇਸ ਨੌਜਵਾਨ ਤੇ ਪ੍ਰੋਸਾ ਕਰ ਲਿਆ ਜਾਂਦਾ ਤਾਂ ਇਸਨੀ ਅਜੀਬ ਗਾਂਧੀ ਨੂੰ ਮਾਰ ਦੇਣਾ ਸੀ ਕਿਉਂਕਿ ਇੱਕ ਬਾਰਾ ਬੋਰ ਦੇ ਪਿਸਤੋਲ ਦੇ ਸਹਾਰੇ ਉਸਨੇ ਹਮਲਾ ਕਰਨ ਦੀ ਜਿੰਨੀ ਦਲੇਰੀ ਦਿਖਾਈ ਸੀ ਸ਼ਾਇਦ ਕੋਈ ਵੱਡੇ ਤੋਂ ਵੱਡਾ ਖੜਕੂ ਵੀ ਨਾ ਦਿਖਾ ਸਕਦਾ ਦੱਸਦੇ ਹਨ ਕਿ ਕਰਮਜੀਤ ਸਿੰਘ 29 ਸਤੰਬਰ 1986 ਨੂੰ ਰਾਜਕਾੜ ਜਾ ਕੇ ਉੱਥੇ ਲਗੇ ਬੂਟਿਆਂ ਦੇ ਵਿੱਚ ਲੁਕਿਆ ਸੀ ਜਿੱਥੇ ਅਜੀਵ ਗਾਂਧੀ ਨੇ ਆਉਣਾ ਸੀ ਸਿਕਿਉਰਿਟੀ ਵਾਲਿਆਂ ਨੇ ਉਸ ਥਾਂ ਦੀ ਪੂਰੀ ਸ਼ਾਨਵੇਂ ਵੀ ਕੀਤੀ ਪਰ ਉਹ ਲੱਭਿਆ ਨਾ ਦੋ ਦਿਨ ਭੁੱਖੇ ਪਾਣੇ ਰਹਿਣ ਦੇ ਬਾਵਜੂਦ ਉਹ ਆਪਣੇ ਮਿਸ਼ਨ ਦੇ ਲਈ ਡਰੇੜਾ ਜਦੋਂ ਪ੍ਰਧਾਨ ਮੰਤਰੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਉਪਰੰਤ ਆਪਣੇ ਲਾਓ ਲਸ਼ਕਰ ਸਮੇਤ ਵਾਪਸ ਮੁੜਿਆ ਤਾਂ ਉਸਨੇ ਝਾੜੀਆਂ ਦੇ ਵਿੱਚੋਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਪਰ 12 ਬੋਰ ਦਾ ਪਿਸਤੋਲ ਹੋਣ ਕਾਰਨ ਉਸ ਦੀ ਰੇਂਜ ਦੇ ਵਿੱਚ ਰਜੀਵ ਗਾਂਧੀ ਨਾ ਸਕਿਆ ਪਰ ਗੋਲੀ ਦੇ ਦਾਣੇ ਸ਼ਰੇ ਲੱਗਣ ਕਾਰਨ ਉਸ ਦੇ ਦੋ ਕਮਾਂਡੋ ਜ਼ਖਮੀ ਹੋ ਗਏ ਅਖੀਰ ਕਮਾਂਡਵਾ ਨੇ ਉਸ ਨੂੰ ਯਾਦ ਪੋਚਿਆ ਕਿਉਂਕਿ ਉਸ ਕੋਲ ਜਿਹੜੇ ਦੋ ਦਿਨ ਰੌਂਦ ਸੀ ਉਹ ਪਹਿਲਾਂ ਹੀ ਚਲਾ ਚੁੱਕਿਆ ਸੀ ਜੇ ਕਿਤੇ AK-47 ਦੀ ਥਾਂ ਮੌਜਰ ਵੀ ਹੁੰਦਾ ਤਾਂ ਉਹ ਰਜੀਵ Gandhi ਨੂੰ ਲੈ ਗਿਆ ਹੁੰਦਾ ਫੈਡਰੇਸ਼ਨ ਦੇ ਆਗੂਆਂ ਦੀ ਲਾਪਰਵਾਹੀ ਕਾਰਨ ਜੇ ਤਾਂ ਰਜੀਵ Gandhi ਬਚ ਗਿਆ ਉਥੇ ਭਾਈ ਕਰਮਜੀਤ ਸਿੰਘ ਨੂੰ 14 ਸਾਲ ਜੇਲ੍ਹ ਦੇ ਵਿੱਚ ਬਿਤਾਉਣੇ ਪਏ ਜੇ ਉਸ ਸਮੇਂ ਸਿੰਘ ਭਾਈ ਸਾਹਿਬ ਨੂੰ ਹਥਿਆਰ ਦੇ ਦਿੰਦੇ ਤਾਂ ਸ਼ਾਇਦ ਰਜੀਵ Gandhi ਵੀ ਸਿੱਖਾਂ ਦੀ ਗੋਲੀ ਦੇ ਨਾਲ ਹੀ ਮਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ